ਪਾਸੇ ਬਹੁਤ ਹੀ ਅਰਬਪਤੀ ਅਰਵਿੰਦ ਖੰਨਾ ਸੰਗਰੂਰ ਤੋਂ ਤੇ ਸਾਡੇ ਕੋਲੋਂ ਸਾਡੇ ਵੱਲੋਂ ਨਰਿੰਦਰ ਕੌਰ ਭਰਾਜ ਜਿਹੜੀ ਕੁੜੀ ਘਰੇ ਸਵੇਰੇ ਪਹਿਲਾਂ ਘਰ ਦੇ ਕੰਮ ਕਰਕੇ ਉਸ ਤੋਂ ਬਾਅਦ ਕੈਂਪੇਨ 'ਤੇ ਜਾਂਦੀ ਹੈ ਅਤੇ ਉਹ ਹਰਾਊਗੀ ਇਹਨਾਂ ਦੋਨਾਂ ਧਨਾਟਾਂ ਇਹ ਦੇਖ ਲਿਓ ਤੁਸੀਂ ਫਿਰ ਗੱਲ ਕਰ ਲਈਏ ਸਮਰਾਲੇ ਦੀ ਲੀਕਰ ਕਿੰਗ ਇੱਕ ਪਾਸੇ ਧਨਾੜ ਨੇ ਅਤੇ ਸਾਡੇ ਵੱਲੋਂ ਜਗਤਾਰ ਸਿੰਘ ਆਮਕਰ ਦਾ ਮੁੰਡਾ ਵਲੰਟੀਅਰ ਫਿਰ ਅੱਗੇ ਗੱਲ ਕਰ ਲਈਏ ਤਾਂ ਸੁਖਬੀਰ ਬਾਦਲ ਦੇ ਖਿਲਾਫ ਇਸ ਵਾਰ ਸਾਡਾ ਗੋਲਡੀ ਕੰਬੋਜ ਪਿਛਲੀ ਵਾਰ ਕੇਵਲ ਢਿੱਲੋਂ ਨੂੰ ਹਰਾਇਆ ਮੀਤ ਹੇਅਰ ਨੇ ਨਵਾਂ ਮੁੰਡਾ ਤਾਂ ਹੁਣ ਬਟਾਲੇ ਤੋਂ ਇੱਕ ਪਾਸੇ ਅਸ਼ਵਨੀ ਸ਼ੇਖੜੀ ਇੱਕ ਪਾਸੇ ਤ੍ਰਿਪਤਿੰਦਰ ਬਾਜਵਾ ਕਹਿੰਦੇ ਮੈਂ ਆਪਣੇ ਮੁੰਡੇ ਨੂੰ ਖੜਾ ਕਰੂੰ ਦੂਜੇ ਪਾਸੇ ਸਾਡਾ ਇੱਕ ਵਲੰਟੀਅਰ ਹੈ ਉਹਦਾ ਨਾਮ ਹੈ ਸ਼ੈਰੀ ਕਲਸੀ ਇਹ ਸਾਰੇ ਜਿੱਤ ਰਹੇ ਨੇ ਸਰਵੇ 'ਚ ਅਤੇ ਕੱਲ੍ਹ ਇੱਕ ਹੋਰ ਸੀਟ ਹੌਟ ਹੋ ਗਈ ਜਦੋਂ ਮਜੀਠੀਆ ਜੀ ਕਹਿੰਦੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਲੜੂਗਾ ਲੜੋ ਜੀ ਹੱਕ ਹੈ ਪਰ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਦੋਨਾਂ ਤੋਂ ਲਗਭਗ 14.5 ਸਾਲ ਤੋਂ ਨਵਜੋਤ ਸਿੰਘ ਸਿੱਧੂ ਪਾਵਰ 'ਚ ਨੇ 9.5 ਸਾਲ ਉਹਨਾਂ ਦੇ ਰਾਜ 'ਚ ਅਤੇ 5 ਸਾਲ ਇਹਨਾਂ ਦੇ ਰਾਜ 'ਚ ਉਹ ਸੱਤਾ 'ਚ ਨੇ ਪਰ ਉਹ ਬਿਹਾਰ ਐਂ ਕਰਦੇ ਨੇ ਬਿਹੇਵੀਅਰ ਉਹਨਾਂ ਦਾ ਜਿਵੇਂ ਉਹ ਵਿਰੋਧੀ ਧਿਰ 'ਚ ਹੋਣ ਉਹ ਹਰ ਵਕਤ ਕਹਿੰਦੇ ਨੇ ਪੰਜਾਬ ਜਿੱਤੂਗਾ ਵੀ ਜਿੱਤਿਆ ਤਾਂ ਹੋਇਆ ਤੁਸੀਂ ਪੰਜਾਬ ਇੱਕ ਪਾਸੇ ਤਾਂ ਉਹ ਨੇ ਦੂਜੇ ਪਾਸੇ ਜਿਨ੍ਹਾਂ 'ਤੇ ਇਲਜ਼ਾਮ ਲੱਗਦੇ ਨੇ ਡਰੱਗਸ ਦੇ ਉਹ ਵੀ ਸੱਤਾ ਭੋਗੀ ਹੁਣ ਤੱਕ 10 ਸਾਲ ਪਹਿਲਾਂ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਸਿਸਟਰ ਹੈ ਹਰਸਿਮਰਤ ਕੌਰ ਬਾਦਲ ਜੀ ਉਹ ਫੂਡ ਪ੍ਰੋਸੈਸਿੰਗ ਮਿਨਿਸਟਰੀ ਸੈਂਟਰ ਦੀ ਉਹਨਾਂ ਨੇ ਜੀ ਸੱਤਾ ਭੋਗੀ ਹੋਈ ਹੈ ਅਤੇ ਉਹਨਾਂ ਦੇ ਨਾਲ ਟੱਕਰ ਲੈਣ ਲਈ ਸਾਡੇ ਵੱਲੋਂ ਡਾਕਟਰ ਜੀਵਨਜੋਤ ਕੌਰ ਇੱਕ ਪੜ੍ਹੀ ਲਿਖੀ ਕੁੜੀ ਦੋਨੋਂ ਆਪਸ 'ਚ ਤੂੰ ਤੂੰ ਮੈਂ ਕਰਦੇ ਆ ਉਹ ਉਹਨੂੰ ਲੰਬੂ ਕਹਿੰਦਾ ਉਹ ਉਹਨੂੰ ਠੋਕੋ ਤਾਲੀ ਹੈ ਪਰ ਸਾਡੀ ਕੁੜੀ ਕੀ ਕਹਿ ਰਹੀ ਹੈ ਸਕੂਲ ਬਣਾਵਾਂਗੇ ਜੀ ਹਸਪਤਾਲ ਬਣਾਵਾਂਗੇ ਜੀ ਗੁਰੂ ਕੀ ਨਗਰੀ ਨੂੰ ਸਾਫ਼ ਸੁਥਰੀ ਬਣਾਵਾਂਗੇ ਜੀ ਅਸੀਂ ਡਿਵੈਲਪਮੈਂਟ ਦੀ ਰਾਜਨੀਤੀ ਕਰ ਸੋ ਇਹ ਬਹੁਤ ਵਧੀਆ ਮੌਕਾ ਹੈ ਅੰਮ੍ਰਿਤਸਰ ਦੇ ਲੋਕਾਂ ਕੋਲ ਇੱਕੋ ਤੀਰ ਨਾਲ ਦੋ ਨਿਸ਼ਾਨੇ ਮਾਰਨਾ ਦੋਨੋਂ ਚੁੱਪ ਕਰਕੇ ਬਹਿ ਜਾਣਗੇ ਕਿ ਆਹ ਦੇਖਿਆ ਲੋਕਾਂ ਦਾ ਆਹ ਫਤਵਾ ਹੈ ਜੀ ਸੋ ਇਸ ਕਰਕੇ ਆਮ ਆਦਮੀ ਪਾਰਟੀ ਆਮ ਲੋਕਾਂ 'ਚੋਂ ਨਿਕਲੀ ਹੋਈ ਪਾਰਟੀ ਹੈ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਨੇ ਸਾਡੇ ਨੈਸ਼ਨਲ ਕਨਵੀਨਰ ਨੇ ਦਿੱਲੀ ਦੇ ਵਿੱਚ ਜਿਹੜੇ MLA ਨੇ ਬਹੁਤ ਕੋਮਨ ਘਰਾਂ ਦੇ ਆਮ ਘਰਾਂ ਦੇ ਮੁੰਡੇ ਕੁੜੀਆਂ ਨੇ ਅਤੇ ਆਮ ਆਦਮੀ ਪਾਰਟੀ ਨੇ ਇੱਕ ਵਿਸ਼ਵਾਸ ਬਣਾਤਾ ਆਮ ਲੋਕਾਂ 'ਚ ਜਿਹੜੇ ਪਹਿਲਾਂ ਰਾਜਨੀਤੀ ਨੂੰ ਗੁੰਡਾਗਰਦੀ ਅਤੇ ਪੈਸੇ ਦਾ ਖੇਲ ਮੰਨਦੇ ਸੀ ਅੱਜ ਆਮ ਲੋਕਾਂ 'ਚ ਵਿਸ਼ਵਾਸ ਹੈ ਅਸੀਂ ਵੀ ਵਿਧਾਨ ਸਭਾ ਦੀਆਂ ਪੌੜੀਆਂ ਲੋਕ ਸਭਾ ਦੀਆਂ ਪੌੜੀਆਂ ਜਾਂ ਮੁੱਖ ਮੰਤਰੀ ਦਫ਼ਤਰ ਦੀਆਂ ਪੌੜੀਆਂ ਚੜ੍ਹ ਸਕਦੇ ਹਾਂ ਇਹ ਵਿਸ਼ਵਾਸ ਆਮ ਆਦਮੀ ਪਾਰਟੀ ਨੇ ਬਣਾਇਆ ਕੱਲ੍ਹ ਟਿਕਟਾਂ ਅਨਾਊਂਸ ਹੋਈਆਂ ਤੁਸੀਂ ਦੇਖਿਆ ਭਾਈ ਭਤੀਜਾਬਾਦ ਕਹਿੰਦੇ ਇੱਕ ਘਰ 'ਚ ਦੋ ਟਿਕਟਾਂ ਨਹੀਂ ਦੇਣੀਆਂ ਸਿੱਧੂ ਸਾਹਿਬ ਨੇ ਆਪਣੇ ਭਤੀਜੇ ਨੂੰ ਦਵਾ ਲਈ ਮੈਡਮ ਭੱਠਲ ਨੇ ਆਪਣੇ ਜਵਾਈ ਨੂੰ ਦਵਾ ਲਈ ਡਾਕਟਰ ਅਮਰ ਸਿੰਘ ਨੇ ਆਪਣੇ ਬੇਟੇ ਨੂੰ ਸੋ ਇੱਕੋ ਘਰ 'ਚ ਦੋ ਦੋ ਟਿਕਟਾਂ ਵੀ ਨੇ ਰਿਸ਼ਤੇਦਾਰੀਆਂ ਵੀ ਨੇ ਨਹੀਂ ਨਿਕਲ ਸਕਦੀ ਕਾਂਗਰਸ ਇਸ ਪਰਿਵਾਰਵਾਦ 'ਚੋਂ ਅਤੇ ਲੋਕ ਇਸੇ ਗੱਲੋਂ ਦੁਖੀ ਨੇ ਕਿ ਆਮ ਲੋਕਾਂ ਦੀ ਵੈਸੇ ਤਾਂ ਕਿਹਾ ਜਾਂਦਾ
कि यूथ यूथ को आगे आना चाहिए, सक्रिय राजनीति में आगे आना चाहिए। यूथ आउण नूं कहिंदा पर आउण कित्थों दी? दरवाजे बंद ने, सारे दरवाजे बंद कर रखे ने, सिर्फ आपदे परिवार वास्ते दरवाजे खुले ने। सो आम आदमी पार्टी दे आम उम्मीदवार जिहड़े ने ओह इस बार बड़े बड़े धनाड़ां नूं हराउणगे, ते इह भी हिस्टरी दे विच लिखा जाऊगा कि पंजाब दे विच 2022 च जिहड़ी चोण होई उहदे विच जिहड़े सीजनल पोलिटिशियन कहाउंदे सी अपने आप नूं, जिन्हां दे 40-40 50-50 साल की राजनीति होगी, जिन्हां दी उहनां नूं 30-30 35-35 साल दे जवाकां ने हराया। एक साडा MLA है प्रकाश जावरकर दिल्ली, जिस वेले पहली इलेक्शन लड़ी जी 28 सीटा आईया सी, उन्हें टिकट देती, बड़ी इंटरेस्टिंग स्टोरी है, टिकट देती तो बाद च पता लग गया वह 25 साल का नहीं है, कहिंदे यार होर लभो कोई, फिर बाद एक होर गल पता लगी कि जिद्दे नॉमीनेशन का आखिरी दिन है उस दिनों 25 साल का हो जूगा, कहीं ठीक है चलो इसे आखिरी दिन भर देंगे। आखिरी दिन जिद्दे 25 साल का होया उन्हें कागज़ भरे, बूटा सिंह दे बेटे नूं उन्हें 30,000 तो वध वोटां ते हराया, ते अज उह तीजी बार MLA है, उम्र उहदी सिर्फ 32-33 साल है, क्योंकि उह 28 दिन दी सरकार सी, साल हो गया 26 दा हो गया, 5 हो गए 31, 2 आ हो गया, 32-33 साल दी उम्र है। इंडिया दा रिकॉर्ड है कि 33 साल दी उम्र च तीजी बार MLA है। ਇਹ ਆਮ ਆਦਮੀ ਪਾਰਟੀ ਕਰ ਸਕਦੀ ਹੈ, ਨਹੀਂ ਇੱਧਰ ਤਾਂ ਜੁੱਤੀਆਂ ਘਸ ਗਈਆਂ ਲੋਕਾਂ ਦੀਆਂ, ਲੋਕ ਪੈਰੀਆਂ ਹੱਥ ਲਾਉਂਦੇ, ਕਈ ਪੀੜ੍ਹੀਆਂ ਦੇ ਪੈਰੀਆਂ ਹੱਥ ਲਾਉਂਦੇ ਬੁੜੇ ਹੋ ਗਏ, ਪਰ ਜ਼ਿਲ੍ਹਾ ਪ੍ਰਧਾਨਗੀ ਤੱਕ ਵੀ ਨਹੀਂ ਪਹੁੰਚਦੇ। ਸੋ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਆਮ ਲੋਕਾਂ ਨੂੰ ਮੌਕਾ ਦੇ ਰਹੀ ਹੈ, ਔਰ ਆਮ ਲੋਕ ਜਿਹੜੇ ਨੇ ਉਹ ਰਾਜਨੀਤੀ ਜਦੋਂ ਆਉਣਗੇ ਤਾਂ ਸਮਝ ਲਓ ਆਮ ਲੋਕਾਂ ਦੀ ਸਰਕਾਰ ਆਊਗੀ। ਇਹ ਅੱਜ ਦਾ ਮੇਰਾ ਵਿਸ਼ਾ ਸੀ ਜੀ। ਦੇਖੋ ਇਹ ਕਾਂਗਰਸ ਦਾ ਆਪਦਾ ਇੰਟਰਨਲ ਹੈ ਕਿ ਉਹ ਲੇਡੀਜ਼ ਨੂੰ ਟਿਕਟਾਂ ਨਹੀਂ ਦਿੰਦੀਆਂ। ਕੱਲ੍ਹ ਮੈਂ ਦੇਖਿਆ ਸਤਵਿੰਦਰ ਬਿੱਟੀ, ਦਮਨ ਥਿੰਦ ਬਾਜਵਾ, ਉਹਨਾਂ ਨੇ ਟਿਕਟਾਂ ਕੱਟੀਆਂ, ਹੈ ਨਾ, ਸਤਕਾਰ ਕੌਰ ਉਹਨਾਂ ਦੀ ਟਿਕਟ ਵੀ ਕੱਟੀ। ਆਮ ਆਦਮੀ ਪਾਰਟੀ ਨੇ ਪਿਛਲੀ ਵਾਰ ਸਾਡੇ ਕੋਲ 3 ਮਹਿਲਾ MLA ਸੀ, ਪ੍ਰੋਫੈਸਰ ਬਲਜਿੰਦਰ ਕੌਰ, ਰੁਪਿੰਦਰ ਰੂਬੀ ਅਤੇ ਮੈਡਮ ਮਾਣੂਕੇ। ਇਸ ਵਾਰ ਅਸੀਂ ਸਾਡੀ ਜਿਹੜੀਆਂ ਜਿੰਨੀਆਂ ਵੀ ਲੇਡੀਜ਼ ਸਾਡੀਆਂ ਉਮੀਦਵਾਰ ਨੇ ਪੜ੍ਹੀਆਂ ਲਿਖੀਆਂ ਨੇ, ਪ੍ਰੋਫੈਸਰ ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ, ਡਾਕਟਰ ਬਲਜੀਤ ਕੌਰ ਫੇਮਸ ਆਈ ਸਰਜਨ ਮਲੋਟ ਤੋਂ, ਮੈਡਮ ਸਰਬਜੀਤ ਕੌਰ ਮਾਣੂਕੇ ਜਗਰਾਓਂ ਤੋਂ, ਨੀਨਾ ਮਿੱਤਲ ਰਾਜਪੁਰੇ ਤੋਂ, ਨਰਿੰਦਰ ਕੌਰ ਜਿਹਨੇ ਲਾਅ ਵੀ ਕਰ ਲਿਆ ਕਿਉਂਕਿ ਉਹ ਨਾਲ ਨਾਲ ਪੜ੍ਹਦੀ ਵੀ ਰਹੀ, ਲਾਅ ਕੀਤਾ ਉਹਨੇ, ਨਰਿੰਦਰ ਕੌਰ ਭਰਾ ਅੱਜ ਸੰਗਰੂਰ ਤੋਂ, ਛੀਨਾ ਮੈਡਮ ਨੇ ਪੜ੍ਹੇ ਲਿਖੇ ਨੇ ਲੁਧਿਆਣੇ ਤੋਂ, ਡਾਕਟਰ ਜੀਵਨਜੋਤ ਕੌਰ ਈਸਟ ਤੋਂ, ਡਾਕਟਰ ਅਮਨਦੀਪ ਕੌਰ ਅਰੋੜਾ ਮੋਗੇ ਤੋਂ। ਸੋ ਸਾਡੇ ਜਿੰਨੇ ਵੀ ਮਹਿਲਾ ਉਮੀਦਵਾਰ ਨੇ ਉਹ ਬਹੁਤ ਪੜ੍ਹੇ ਲਿਖੇ ਸੂਝਵਾਨ ਅਤੇ ਡਿਸੀਜਨ ਮੇਕਿੰਗ ਕਾਬਲੀਅਤ ਵਾਲੇ ਨੇ, ਅਤੇ ਬਾਕੀ ਮੈਨੂੰ ਨਹੀਂ ਪਤਾ ਕਾਂਗਰਸ ਨੇ ਕਿੰਨੇ ਪਰਸੈਂਟ ਇੱਥੇ ਕੀਤੀਆਂ ਨੇ ਜਾਂ BJP ਨੇ ਜਾਂ ਕਿੰਨੇ ਨੇ। ਸੋ ਕੱਲ੍ਹ ਪ੍ਰਿੰਕਾ ਜੀ ਦੀ ਵੀ ਉਦਾਹਰਣ ਦਿੱਤੀ ਜਾ ਰਹੀ ਸੀ, ਮੈਂ ਇੱਕ ਵੀਡੀਓ ਦੇਖੀ ਹੈ ਜਿਹੜੇ ਸੁਨਾਮ ਤੋਂ ਟਿਕਟ ਕੱਟੀ ਹੈ, ਉਹ ਕਹਿੰਦੇ ਸੀ ਲੜਕੀ ਹੂੰ ਲੜਨਾ ਜਾਣਤੀ ਹੂੰ, ਅਤੇ ਫਿਰ ਸਾਥੋਂ ਕੀ ਗਲਤੀ ਹੋ ਗਈ, ਔਰ ਇੱਕ ਕੁੜੀ ਦਾ ਇਹ ਕਹਿਣਾ ਯੰਗ ਲੜਕੀ ਹੈ ਕਿ ਮੇਰੀ ਗਲਤੀ ਇਹੀ ਰਹਿ ਗਈ ਬਸ ਕਿ ਮੈਥੋਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪੈਰਾਂ 'ਚ ਨਹੀਂ ਪਿਆ ਗਿਆ। ਮਤਲਬ ਇਟਸ ਸ਼ੇਮਫੁਲ ਕਿ ਜੇ ਇੱਦਾਂ ਕਹਿਣਾ ਪੈ ਰਿਹਾ ਕਿ ਉਹ ਜਿਹੜੇ ਟਿਕਟ ਦਿੱਤੀ ਆ ਉਹ ਉਹਦੇ ਉਹਦੇ ਮੁਤਾਬਕ ਇਹ ਹੈ ਕਿ ਆਪਣੇ ਭਤੀਜੇ ਨੂੰ
ਜਗ੍ਹਾ ਖਾਲੀ ਕਰਨ ਵਾਸਤੇ ਉਹਨਾਂ ਨੇ ਸੁਨਾਮ ਦੀ ਟਿਕਟ ਕੱਢੀ ਹੈ। ਦੇਖੋ ਚੰਨੀ ਸਾਹਿਬ ਦੇ ਭਾਈ ਨੂੰ ਤਾਂ ਟਿਕਟ ਮਿਲੀ ਨਹੀਂ, ਠੀਕ ਹੈ ਨਾ। ਸੋ ਇਹ ਹੁਣ ਆਪਸ ਦੇ ਵਿੱਚ ਈਸ਼ ਤੋਂ ਲੜਨਗੇ। ਮੈਂ ਤੁਹਾਨੂੰ ਇਹੀ ਕਿਹਾ ਕਿ ਇੱਕ ਤੀਰ ਨਾਲ ਦੋ ਨਿਸ਼ਾਨੇ ਅੰਮ੍ਰਿਤਸਰ ਦੇ ਲੋਕਾਂ ਨੂੰ ਮਿਲੇ ਨੇ ਅਤੇ ਦੋਨੇ ਜਿਹੜੇ ਨੇ ਉਹ ਹਾਰਨਗੇ। ਡਾਕਟਰ ਜੀਵਨਜੋਤ ਕੌਰ ਝਾੜੂ ਦਾ ਚੋਣ ਨਿਸ਼ਾਨ ਤੋਂ ਜਿੱਤੂ। ਦੇਖੋ ਰਾਹੁਲ ਗਾਂਧੀ ਜੀ ਆਉਂਦੇ ਨੇ ਅਤੇ ਦੁਕਾਨਾਂ ਬੰਦ ਕਰਾਤੀਆਂ ਜਾਂਦੀਆਂ ਨੇ, ਇਹ ਥੋੜ੍ਹਾ ਜਿਹਾ ਚਿਰ ਹੀ ਚੱਲੂਗਾ। ਮਾਰਚ 'ਚ ਕਾਂਗਰਸ ਦੀ ਦੁਕਾਨ ਬੰਦ ਹੋ ਰਹੀ ਹੈ, ਠੀਕ ਹੈ ਨਾ। ਫਿਰ ਕੋਈ ਕਿਸੇ ਨੂੰ ਦੁਕਾਨ ਬੰਦ ਕਰਨ ਦੀ ਲੋੜ ਨਹੀਂ। ਇਹ ਤਾਂ ਮਤਲਬ ਇਹ ਵੀ ਹੋ ਸਕਦਾ ਕਿ ਰਾਹੁਲ ਗਾਂਧੀ ਆਏ, ਲੋਕਾਂ ਨੇ ਦੁਕਾਨਾਂ ਹੀ ਬੰਦ ਕਰ ਲਈਆਂ, ਯਾਰ ਕਿੱਥੇ ਇਹਨਾਂ ਦੇ ਮੱਥੇ ਲੱਗਾਂਗੇ, ਜਾਣ ਦੇ ਉਹਨਾਂ ਨੂੰ ਜਦੋਂ ਜਾਂਦੇ ਨੇ। ਸੋ ਸਿਕਿਉਰਿਟੀ ਪਰਪਸ ਉਹ ਉਹਨਾਂ ਦਾ ਹੋਊਗਾ ਜੈਡ ਜੈਡ ਪਲੱਸ ਦਾ ਸਾਨੂੰ ਨਹੀਂ ਪਤਾ, ਪਰ ਮੈਨੂੰ ਇੰਨਾ ਪਤਾ 20 ਫਰਵਰੀ ਨੂੰ ਲੋਕ ਝਾੜੂ ਵਾਲਾ ਬਟਨ ਦੱਬ ਕੇ ਕਾਂਗਰਸ ਦੀ ਦੁਕਾਨ ਬੰਦ ਕਰ ਰਹੇ ਨੇ। ਦੇਖੋ ਮੇਰੇ ਨਾਲ ਤਾਂ ਕਦੇ ਇੱਦਾਂ ਹੋਇਆ ਨਹੀਂ। ਦੇਖੋ ਵੀ ਮੇਰੀ ਫੇਸਬੁੱਕ ਬਹੁਤ ਵੱਡਾ ਪੇਜ ਹੈ ਮੇਰਾ ਅਤੇ ਟਵਿੱਟਰ ਦਾ ਮੇਰਾ, ਮੇਰੇ ਨਾਲ ਤਾਂ ਕਦੇ ਇੱਦਾਂ ਹੋਇਆ ਨਹੀਂ ਕਿ ਮੈਨੂੰ ਕੋਈ ਧਮਕੀ ਆਈ ਹੋਵੇ ਜਾਂ ਮੇਰਾ ਕੋਈ ਡਿਲੀਟ ਕੀਤਾ ਹੋਵੇ ਕੋਈ ਮੇਰਾ ਪੋਸਟ, ਕਿਉਂਕਿ ਮੈਂ ਇਸ ਤਰ੍ਹਾਂ ਦੀ ਪੋਸਟ ਪਾਉਂਦਾ ਹੀ ਨਹੀਂ ਜਿਹੜੀ ਕੋਈ ਨਫ਼ਰਤ ਭਰੀ ਹੋਵੇ ਜਾਂ ਕੋਈ ਕਿਤੇ ਬਖੇੜਾ ਪਾਉਂਦੀ ਹੋਵੇ। ਸੋ ਇਹ ਰਾਹੁਲ ਗਾਂਧੀ ਜੀ ਨੂੰ ਪਤਾ ਹੋਣਾ ਕਿ ਉਹਨਾਂ ਦਾ ਪਹਿਲਾਂ ਅਕਾਊਂਟ ਇੱਕ ਵਾਰੀ ਬੰਦ ਵੀ ਹੋ ਗਿਆ ਸੀ, ਬਾਅਦ ਚੱਲ ਗਿਆ ਸੀ। ਅਤੇ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਦੀ ਜਿਹੜੀ ਕਮੇਟੀ ਹੈ, ਸਟੈਂਡਿੰਗ ਕਮੇਟੀ, ਉਹਦੇ ਜਿਹੜੇ ਚੇਅਰਮੈਨ ਨੇ ਉਹ ਸ਼ਸ਼ੀ ਥਰੂਰ ਜੀ ਨੇ। ਸੋ ਇਹ ਉਹਨਾਂ ਨੂੰ ਵੱਧ ਪਤਾ ਹੋਊਗਾ ਕਿ ਨਹੀਂ। ਸਾਰੇ ਪੰਜਾਬ ਨੂੰ ਫੋਕਸ ਕਰ ਰਹੇ ਹਾਂ ਜੀ ਅਸੀਂ, ਸਾਰੇ ਪੰਜਾਬ ਨੂੰ। ਇਸ ਵਾਰ ਹੁਣ ਕੱਲ੍ਹ ਤੋਂ ਕੇਜਰੀਵਾਲ ਸਾਹਿਬ ਆਉਣਗੇ 28-29, ਉਹ 'ਚ ਮਾਲਵਾ ਵੀ ਹੈ, ਮਾਝਾ ਵੀ ਹੈ, ਦੁਆਬਾ ਵੀ, ਅਸੀਂ ਸਾਰੇ ਜਿਹੜੇ ਕਵਰ ਕਰਾਂਗੇ। ਹਾਂਜੀ ਨਹੀਂ ਨਹੀਂ ਅਸੀਂ ਇਹ ਦੱਸਿਆ ਕਿ ਆਮ ਲੋਕ ਜਿਹੜੇ ਨੇ ਉਹ ਜਿੱਤਦੇ ਹੁੰਦੇ ਨੇ ਜਦੋਂ ਲੋਕ ਲੜਨ ਉਹਨਾਂ ਵਾਸਤੇ। ਜ਼ਰੂਰੀ ਨਹੀਂ ਕਿ ਧਨਾੜ ਕਹਿਣ ਵੀ ਮੇਰੀ ਸੀਟ ਤਾਂ ਪੱਕੀ ਹੈ। ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ, ਲੋਕ ਜਦੋਂ ਚਾਹੁਣ ਬੰਦਾ ਅਰਸ਼ 'ਤੇ, ਲੋਕ ਜਦੋਂ ਚਾਹੁਣ ਬੰਦਾ ਫਰਸ਼ 'ਤੇ। ਯਹਾਂ ਪਰ ਬਦਲਾਵ ਕਾ ਕਾਰਨ ਵੀ ਵਹੀ ਹੈ, ਲੋਕ ਦੁਖੀ ਹੈ, ਲੋਕੋ ਨੇ ਦੋਨੋ ਪਾਰਟੀਆਂ ਦੇਖ ਲਈ, ਪਰਖ ਲਈ ਅੱਛੀ ਤਰ੍ਹਾਂ ਸੇ, ਦੋ ਦੋ ਤਿੰਨ ਤਿੰਨ ਚਾਰ ਚਾਰ ਮੌਕੇ ਦੇਖ ਲਈਏ। 1967 ਮੈਂ ਪਹਿਲੀ ਵਾਰ ਪੰਜਾਬ ਜਬ ਅਲੱਗ ਹੁਆ ਥਾ ਹਰਿਆਣਾ ਸੇ, ਤੋ 66 ਮੈਂ ਉਸਮੇ 67 ਮੈਂ ਪਹਿਲੀ ਵਾਰ ਚੁਣਾਵ ਹੁਆ ਥਾ। 25 ਸਾਲ ਉਸਮੇ ਕਾਂਗਰਸ ਹੈ, 19.5 ਸਾਲ ਅਕੇਲਾ ਬਾਦਲ ਪਰਿਵਾਰ ਹੈ, ਬਾਕੀ ਬਰਨਾਲਾ ਸੁਸ਼ੀਲ ਸਿੰਘ ਬਰਨਾਲਾ ਕਿਹਾ ਵੀ ਔਰ ਬਾਅਦ ਮੇਂ ਰਾਸ਼ਟਰਪਤੀ ਰਾਜ ਵੀ ਰਹਾ ਹੈ। 44.5 ਸਾਲ ਇਨ ਦੋਨੋ ਕੋ ਦੇ ਕੇ ਦੇਖ ਲਈਏ,